ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਕੱਲ ਬਿਆਨ ਜਾਰੀ ਕੀਤਾ ਕਿ ਕਿਸਾਨਾਂ ਵਾਸਤੇ ਉਹ ਕਿਸੇ ਵੀ ਬਲੀਦਾਨ ਵਾਸਤੇ ਤਿਆਰ ਹੈ। ਮੁੱਖ ਮੰਤਰੀ ਸਾਹਿਬ ਸ਼ੁਕਰ ਹੈ ਤੁਹਾਨੂੰ, 42 ਮਹੀਨੇ ਬਾਅਦ ਪੰਜਾਬ ਦਾ ਕਿਸਾਨ ਯਾਦ ਆ ਗਿਆ। ਬਲੀਦਾਨ ਛੱਡੋ, ਕੇਵਲ ਔਰ ਕੇਵਲ ਆਪਣੇ ਮੈਨੀਫੈਸਟੋ 'ਚ ਕੀਤੇ 90,000 ਕਰੋੜ ਦੇ ਕਿਸਾਨੀ ਕਰਜ਼ੇ ਦੀ ਮਾਫ਼ੀ ਦੇ ਵਾਅਦੇ ਨੂੰ ਪੂਰਾ ਕਰਦੇ। ਬਾਕੀ ਦੇ ਕਿਸਾਨਾਂ 'ਚ ਤੁਸੀਂ ਕੁਛ ਕੀਤਾ ਨਹੀਂ, ਔਰ ਕੇਂਦਰ ਸਰਕਾਰ ਜੇ ਕੁਛ ਕਰਨ ਜਾ ਰਹੀ ਹੈ ਕਿਸਾਨਾਂ ਦੇ ਸਸ਼ਕਤੀਕਰਨ ਵਾਸਤੇ, ਤਾਂ ਤੁਸੀਂ ਉਹਦੇ 'ਚ ਰੋੜੇ ਅਟਕਾਉਂਦੇ ਹੋ। ਮੇਰੀ ਤੁਹਾਡੇ ਅੱਗੇ ਬੇਨਤੀ, ਬਲੀਦਾਨ ਦੀ ਲੋੜ ਲਈ ਪੰਜਾਬ ਦੇ ਕਿਸਾਨ ਦਾ 90,000 ਕਰੋੜ ਦਾ ਕਰਜ਼ਾ ਮਾਫ਼ ਕਰ ਦਿਓ। ਹਰੀਤ ਕ੍ਰਾਂਤੀ 'ਚ ਹਿੰਦੁਸਤਾਨ ਦਾ ਨੇਤ੍ਰਿਤਵ ਕਰਨ ਵਾਲਾ ਪੰਜਾਬ ਦਾ ਕਿਸਾਨ ਸੀ, ਔਰ ਇਹ ਕਰਜ਼ਾ ਜਿਹੜਾ ਤੁਹਾਡੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਜਿਹੜਾ ਉਹ ਕਰਜ਼ਦਾਰ ਹੋ ਗਿਆ। ਉਸ ਕਰਜ਼ੇ ਨੂੰ ਤੁਸੀਂ ਵਾਅਦਾ ਕੀਤਾ ਸੀ 2016-17 ਦੇ ਅੰਦਰ ਹਰ ਰੈਲੀ 'ਚ, ਹਰ ਟੇਪ 'ਚ, ਹਰ ਵੀਡੀਓ ਕਾਨਫਰੰਸ 'ਚ। ਅੱਜ ਉਹ ਵਾਅਦਾ ਪੂਰਾ ਕਰਨ ਦਾ ਮੌਕਾ ਆ ਗਿਆ ਅਤੇ 90,000 ਕਰੋੜ ਦਾ ਕਰਜ਼ਾ ਅਸੀਂ ਪੰਜਾਬ ਦੇ ਕਿਸਾਨ ਦਾ ਮਾਫ਼ ਕਰ। ਕੇਂਦਰ ਦੀ ਨਰਿੰਦਰ ਮੋਦੀ ਜੀ ਦੀ ਸਰਕਾਰ ਪੰਜਾਬ 'ਚ 1,41,00,000 ਲੋਕਾਂ ਵਾਸਤੇ ਫ੍ਰੀ ਰਾਸ਼ਨ ਦੇ ਰਹੀ। ਮੇਰੀ ਕੈਪਟਨ ਸਾਹਿਬ ਅੱਗੇ ਮੰਗ ਹੈ ਕਿ ਪੰਜਾਬ ਦੇ ਉਸ 21 ਕਰੋੜ 41 ਲੱਖ ਲੋਕਾਂ ਵਾਸਤੇ ਚਾਹ ਪੱਤੀ, ਚੀਨੀ ਅਤੇ ਘਿਓ ਪੰਜਾਬ ਸਰਕਾਰ ਵੱਲੋਂ ਫ੍ਰੀ ਦਿੱਤਾ ਜਾਣਾ ਚਾਹੀਦਾ। ਲਗਭਗ 4 ਮਹੀਨੇ ਬੀਤ ਗਏ, 4 ਮਹੀਨਿਆਂ 'ਚ ਪੰਜਾਬ ਸਰਕਾਰ ਨੇ 1 ਵੀ ਗਰੀਬ ਆਦਮੀ ਵਾਸਤੇ ਕੋਈ ਵੀ ਪੈਕੇਜ ਨਹੀਂ ਦਿੱਤਾ। ਕੇਂਦਰ ਸਰਕਾਰ ਨੇ ਪਹਿਲੇ ਵੀ 3 ਮਹੀਨਿਆਂ ਵਾਸਤੇ ਅਨਾਜ ਦਿੱਤਾ ਸੀ, ਹੁਣ ਫਿਰ 5 ਮਹੀਨਿਆਂ ਵਾਸਤੇ ਅਨਾਜ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਜੀ ਨੂੰ ਚਾਹੀਦਾ ਆਪਣੀ ਚੁਣਾਵੀ ਵਾਅਦੇ ਦੇ ਮੁਤਾਬਕ ਕਿ ਨੀਲੇ ਕਾਰਡ 'ਤੇ ਉਹਨਾਂ ਨੇ ਕਿਹਾ ਸੀ ਕਿ ਘਿਓ, ਚਾਹ ਪੱਤੀ ਅਤੇ ਖੰਡ ਦਿੱਤੀ ਜਾਏਗੀ, ਹੁਣ ਘਿਓ, ਚਾਹ ਪੱਤੀ ਅਤੇ ਖੰਡ ਘੱਟ ਤੋਂ ਘੱਟ ਕਰੋਨਾ ਮਹਾਂਮਾਰੀ ਦੇ ਵਿੱਚ ਅਤੇ ਘੱਟ ਤੋਂ ਘੱਟ ਉਹਦੀ ਸ਼ੁਰੂਆਤ ਕਰੀਏ, ਤਾਂ ਕਿ ਪੰਜਾਬ ਦੀ ਜਨਤਾ ਨੂੰ 42 ਮਹੀਨਿਆਂ ਬਾਅਦ ਹੀ ਸਹੀ ਤੁਹਾਡਾ ਚੁਣਾਵੀ ਵਾਅਦਾ ਪੂਰਾ ਹੁੰਦਾ ਦਿਖੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਕੱਲ੍ਹ ਬਿਆਨ ਜਾਰੀ ਕੀਤਾ ਕਿ ਕਿਸਾਨਾਂ ਵਾਸਤੇ ਉਹ ਕਿਸੇ ਵੀ ਬਲੀਦਾਨ ਵਾਸਤੇ ਤਿਆਰ ਹੈ। ਮੁੱਖ ਮੰਤਰੀ ਸਾਹਿਬ ਸ਼ੁਕਰ ਹੈ ਤੁਹਾਨੂੰ, 42 ਮਹੀਨੇ ਬਾਅਦ ਪੰਜਾਬ ਦਾ ਕਿਸਾਨ ਯਾਦ ਆ ਗਿਆ। ਬਲੀਦਾਨ ਛੱਡੋ, ਕੇਵਲ ਔਰ ਕੇਵਲ ਆਪਣੇ ਮੈਨੀਫੈਸਟੋ 'ਚ ਕੀਤੇ 90,000 ਕਰੋੜ ਦੇ ਕਿਸਾਨੀ ਕਰਜ਼ੇ ਦੀ ਮਾਫ਼ੀ ਦੇ ਵਾਅਦੇ ਨੂੰ ਪੂਰਾ ਕਰਦੇ। ਬਾਕੀ ਦੇ ਕਿਸਾਨਾਂ 'ਚ ਤੁਸੀਂ ਕੁਛ ਕੀਤਾ ਨਹੀਂ, ਔਰ ਕੇਂਦਰ ਸਰਕਾਰ ਜੇ ਕੁਛ ਕਰਨ ਜਾ ਰਹੀ ਹੈ ਕਿਸਾਨਾਂ ਦੇ ਸਸ਼ਕਤੀਕਰਨ ਵਾਸਤੇ, ਤਾਂ ਤੁਸੀਂ ਉਹਦੇ 'ਚ ਰੋੜੇ ਅਟਕਾਉਂਦੇ ਹੋ। ਮੇਰੀ ਤੁਹਾਡੇ ਅੱਗੇ ਬੇਨਤੀ, ਬਲੀਦਾਨ ਦੀ ਲੋੜ ਲਈ ਪੰਜਾਬ ਦੇ ਕਿਸਾਨ ਦਾ 90,000 ਕਰੋੜ ਦਾ ਕਰਜ਼ਾ ਮਾਫ਼ ਕਰ ਦਿਓ। ਹਰੀਤ ਕ੍ਰਾਂਤੀ 'ਚ ਹਿੰਦੁਸਤਾਨ ਦਾ ਨੇਤ੍ਰਿਤਵ ਕਰਨ ਵਾਲਾ ਪੰਜਾਬ ਦਾ ਕਿਸਾਨ ਸੀ, ਔਰ ਇਹ ਕਰਜ਼ਾ ਜਿਹੜਾ ਤੁਹਾਡੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਜਿਹੜਾ ਉਹ ਕਰਜ਼ਦਾਰ ਹੋ ਗਿਆ। ਉਸ ਕਰਜ਼ੇ ਨੂੰ ਤੁਸੀਂ ਵਾਅਦਾ ਕੀਤਾ ਸੀ 2016-17 ਦੇ ਅੰਦਰ ਹਰ ਰੈਲੀ 'ਚ, ਹਰ ਟੇਪ 'ਚ, ਹਰ ਵੀਡੀਓ ਕਾਨਫਰੰਸ 'ਚ। ਅੱਜ ਉਹ ਵਾਅਦਾ ਪੂਰਾ ਕਰਨ ਦਾ ਮੌਕਾ ਆ ਗਿਆ ਅਤੇ 90,000 ਕਰੋੜ ਦਾ ਕਰਜ਼ਾ ਅਸੀਂ ਪੰਜਾਬ ਦੇ ਕਿਸਾਨ ਦਾ ਮਾਫ਼ ਕਰਦੇ। ਕੇਂਦਰ ਦੀ ਨਰਿੰਦਰ ਮੋਦੀ ਜੀ ਦੀ ਸਰਕਾਰ ਪੰਜਾਬ 'ਚ 1,41,00,000 ਲੋਕਾਂ ਵਾਸਤੇ ਫ੍ਰੀ ਰਾਸ਼ਨ ਦੇ ਰਹੀ। ਮੇਰੀ ਕੈਪਟਨ ਸਾਹਿਬ ਅੱਗੇ ਮੰਗ ਹੈ ਕਿ ਪੰਜਾਬ ਦੇ ਉਸ 21 ਕਰੋੜ 41 ਲੱਖ ਲੋਕਾਂ ਵਾਸਤੇ ਚਾਹ ਪੱਤੀ, ਚੀਨੀ ਅਤੇ ਘਿਓ ਪੰਜਾਬ ਸਰਕਾਰ ਵੱਲੋਂ ਫ੍ਰੀ ਦਿੱਤਾ ਜਾਣਾ ਚਾਹੀਦਾ। ਲਗਭਗ 4 ਮਹੀਨੇ ਬੀਤ ਗਏ, 4 ਮਹੀਨਿਆਂ 'ਚ ਪੰਜਾਬ ਸਰਕਾਰ ਨੇ 1 ਵੀ ਗਰੀਬ ਆਦਮੀ ਵਾਸਤੇ ਕੋਈ ਵੀ ਪੈਕੇਜ ਨਹੀਂ ਦਿੱਤਾ। ਕੇਂਦਰ ਸਰਕਾਰ ਨੇ ਪਹਿਲੇ ਵੀ 3 ਮਹੀਨਿਆਂ ਵਾਸਤੇ ਅਨਾਜ ਦਿੱਤਾ ਸੀ, ਹੁਣ ਫਿਰ 5 ਮਹੀਨਿਆਂ ਵਾਸਤੇ ਅਨਾਜ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਜੀ ਨੂੰ ਚਾਹੀਦਾ ਆਪਣੀ ਚੁਣਾਵੀ ਵਾਅਦੇ ਦੇ ਮੁਤਾਬਕ ਕਿ ਨੀਲੇ ਕਾਰਡ 'ਤੇ ਉਹਨਾਂ ਨੇ ਕਿਹਾ ਸੀ ਕਿ ਘਿਓ, ਚਾਹ ਪੱਤੀ ਅਤੇ ਖੰਡ ਦਿੱਤੀ ਜਾਏਗੀ, ਹੁਣ ਘਿਓ, ਚਾਹ ਪੱਤੀ ਅਤੇ ਖੰਡ ਘੱਟ ਤੋਂ ਘੱਟ ਕਰੋਨਾ ਮਹਾਂਮਾਰੀ ਦੇ ਵਿੱਚ ਅਤੇ ਘੱਟ ਤੋਂ ਘੱਟ ਉਹਦੀ ਸ਼ੁਰੂਆਤ ਕਰੀਏ, ਤਾਂ ਕਿ ਪੰਜਾਬ ਦੀ ਜਨਤਾ ਨੂੰ 42 ਮਹੀਨਿਆਂ ਬਾਅਦ ਹੀ ਸਹੀ ਤੁਹਾਡਾ ਚੁਣਾਵੀ ਵਾਅਦਾ ਪੂਰਾ ਹੁੰਦਾ ਦਿਖੇ।